ਗਾਣੇ ਦੀ ਖਾਸੀਅਤ ਹੈਗੀ ਆ ਕਿ ਗਾਣਾ ਹੈਗਾ ਅਰਬਨ ਔਰ ਪੰਜਾਬੀ ਗਾਣਾ, ਤੇ ਉਦਾਂ ਪੰਜਾਬੀ ਠੇਠ ਪੰਜਾਬੀ ਵੀ ਨਹੀਂ ਹੈਗਾ ਕਿ ਹੋਰ ਕੋਈ ਨਹੀਂ ਸੁਣ ਪਾਵੇ, ਹੈ ਨਾ। ਤੇ ਗਾਣਾ ਸਾਡਾ ਹੈਗਾ ਅਰਬਨ ਗਾਣਾ, ਪਾਰਟੀ ਟਰੈਕ ਆ, ਤੇ ਮੇਰੇ ਰੈਪ ਆ ਉੱਚ, ਔਰ ਭਾਈ ਦਾ ਗਾਣਾ, ਭਾਈ ਗਾ ਰਹੇ, ਭਾਈ ਇਜ਼ ਅ US ਆਰਟਿਸਟ ਹੈਗੇ, USA ਦੇ। ਸੋ ਵਧੀਆ ਵਧੀਆ, ਮਤਲਬ ਗਾਣਾ ਬਹੁਤ ਘੈਂਟ ਆ ਸਾਡਾ, ਹੈ ਨਾ। ਵੀਡੀਓ ਆਪਾਂ ਕਰਨ ਚੱਲੇ ਹਾਂ ਪਰਸੋਂ। ਸਰਤਾਜ ਜੀ, ਇਸ ਗਾਣੇ ਸੇ ਆਪਕਾ ਸੰਧੂ ਜੀ ਕੇ ਸਾਥ ਕੈਸੇ ਆਪਣਾ ਸਹਿਯੋਗ ਬਣਾ ਸਾਫ ਖਾਨੇ ਕਾ? ਵੈਲ ਐਕਚੁਅਲੀ ਬੀਇੰਗ ਫਰਮ ਦ ਹਿਪ ਹੌਪ ਕਲਚਰ ਜਿਹੜਾ ਆਪਣਾ ਹੈ USA ਦਾ, ਤੇ ਸਾਡੀ ਜਿਹੜੀ ਫਿਊਜ਼ਨ ਕੰਪਨੀ, ਇਵੈਂਟ ਪਲੈਨਿੰਗ ਕੰਪਨੀ ਹੈ, ਉਹਨਾਂ ਨੇ ਜੁਆਇੰਟ ਵੈਂਚਰ ਕੀਤਾ ਹੈ, ਤੇ ਦਿਲ ਸੰਧੂ ਵੀਰ ਜੀ ਨਾਲ ਨਾਲ ਆਪਣਾ ਜਿਹੜਾ PPP ਦੀ ਲੇਵਲ ਹੈਗੀ ਸਾਡੀ, ਤੇ ਸਾਡਾ ਪਹਿਲਾ ਗਾਣਾ ਇੱਥੇ ਆ ਕੇ ਪੂਰਾ ਬਣਾ ਕੇ, ਪ੍ਰੋਡਕਸ਼ਨ ਕਰਕੇ, ਰਿਕਾਰਡਿੰਗ ਕਰਕੇ, ਐਂਡ ਹੁਣ ਆਬਵੀਅਸਲੀ ਵੀਡੀਓ ਵੀ ਜਾ ਰਹੇ ਹਾਂ ਕਰਨ, ਤੇ ਦਿਸ ਇਜ਼ ਅ ਵੈਰੀ ਐਕਸਾਈਟਿੰਗ ਟਾਈਮ ਫੋਰ ਅਸ, ਕਿਉਂਕਿ ਹੁਣ ਅਸੀਂ ਵੀ ਸ਼ੋਅ ਕਰ ਸਕਦੇ ਹਾਂ ਕਿ USA ਦੇ ਵਿੱਚ ਵੀ ਕਿੱਦਾਂ ਪੰਜਾਬੀ ਫੈਲੇ ਹੋਏ ਅਤੇ ਕੀ ਉਹ ਲਾਈਕ ਕਰਦੇ ਨੇ, ਐਂਡ ਰਿਸਪਾਂਸ ਇਜ਼ ਗ੍ਰੇਟ ਔਨ ਬੋਥ ਸਾਈਡਸ। ਇੱਥੇ ਵੀ ਸਾਨੂੰ ਰਿਸਪਾਂਸ ਵਧੀਆ ਮਿਲਦਾ ਹੈ ਜਿਹਨੂੰ ਸ਼ੋਅ ਕਰਦੇ ਹਾਂ, ਉੱਥੇ ਵੀ ਬਹੁਤ ਵਧੀਆ ਮਿਲਦਾ ਹੈ, ਅਤੇ ਵਾਈ ਨਾਟ ਟੇਕ ਇਟ ਟੂ ਦ ਨੈਕਸਟ ਲੈਵਲ, ਜਿੱਥੇ ਹੁਣ ਦੋਵਾਂ ਨੂੰ ਜੁਆਇਨ ਕਰਕੇ ਐਂਡ ਕਮ ਆਊਟ ਵਿਦ ਅ ਹਿੱਟ, ਯੂ ਨੋ। ਤੁਹਾਡੇ ਹਿਸਾਬ ਨਾਲ ਇਹ ਗਾਣੇ ਦੀ USP ਕੀ ਹੋਏਗੀ, ਪੀਕ ਪੁਆਇੰਟਸ ਕੀ ਹੋਣਗੇ? ਪੀਕ ਪੁਆਇੰਟਸ ਐ ਨੇ ਕਿ ਇੱਕ ਤਾਂ ਪੰਜਾਬੀ, ਆਫ ਕੋਰਸ ਪੰਜਾਬੀ ਇਜ਼ ਇਨ ਦੇਅਰ, ਐਂਡ ਅਰਬਨ ਨਾ, ਅਰਬਨ ਦਾ ਕੀ ਹੈ ਕਿ ਜਿਹੜੇ ਯੂਥ ਨੇ ਉੱਥੇ ਦੇ ਉਹ ਵੀ ਸੁਣਦੇ ਨੇ ਸਾਰੀ ਮਿਊਜ਼ਿਕ, ਜਿਹੜਾ ਵੀ ਨਵਾਂ ਗਾਣਾ ਇੱਥੇ ਨਿਕਲਦਾ ਹੈ ਪਹਿਲਾਂ ਉਹਨਾਂ ਨੂੰ ਮਿਲਦਾ ਹੈ, ਤੇ ਉਹ ਦੇਖ ਕੇ ਮੇਰੇ ਜੇ ਨੀਸ ਨੈਫਿਊਜ਼ ਨੇ, ਮੇਰੇ ਜੇ ਕਜ਼ਨ ਨੇ ਛੋਟੇ ਛੋਟੇ, ਉਹਨਾਂ ਨੂੰ ਦੇਖ ਕੇ ਉਹਨਾਂ ਦੇ ਆਈਡੀਆਜ਼ ਲੈ ਕੇ ਫਿਰ ਅਸੀਂ ਅੱਗੇ ਚੱਲਦੇ ਹਾਂ ਸਮਟਾਈਮਸ, ਕਿਉਂਕਿ ਤੁਹਾਨੂੰ ਜ਼ਰੂਰਤ ਹੈ ਕੋਈ ਤੁਹਾਨੂੰ ਦੱਸੇ ਕਿ ਕਿਹੜੀ ਕਮੀ ਹੈ ਤੁਹਾਡੇ ਵਿੱਚ ਜਾਂ ਕਿਹੜੇ ਵਿੱਚ ਤੁਸੀਂ ਵੱਧ ਸਕਦੇ ਹੋ, ਕਿੱਥੇ ਘੱਟ ਸਕਦੇ ਹੋ, ਤੇ ਉਹ ਓਪੀਨੀਅਨ ਲੈਣਾ ਬਹੁਤ ਜ਼ਰੂਰੀ ਹੈ, ਕਿਉਂਕਿ ਐਟ ਦੀ ਐਂਡ ਆਫ ਦ ਡੇ ਅਸੀਂ ਆਪਣੇ ਫੈਨਸ ਵਾਸਤੇ ਤੇ ਫਰੈਂਡਸ ਵਾਸਤੇ ਹੀ ਕਰ ਰਹੇ ਹਾਂ ਸਾਰਾ। ਅੱਜ ਕੱਲ ਕਈ ਪੰਜਾਬੀ ਗਾਣੇ ਆ ਰਹੇ ਨੇ, ਹਰ ਰੋਜ਼ ਅਮੂਮਨ ਪੰਜਾਬੀ ਗਾਣੇ ਆ ਰਹੇ ਨੇ, ਟੂ ਸਟੈਂਡ ਆਊਟ ਇਹ ਗਾਣੇ ਚ ਕੀ ਕੁਝ ਤੁਸੀਂ ਆਪਣਾ ਨਾਇਆ ਕਿ ਪੇਸ਼ ਕੀਤਾ ਹੈ? ਨਯਾ ਦੇ ਵਿੱਚ ਹੈਗਾ ਆਪਣਾ, ਇੱਕ ਤਾਂ ਆਪਾਂ ਰੈਪ ਜਿਹੜਾ ਮੇਰਾ ਉਹ ਬਹੁਤ ਮੈਂ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਆ, ਹੋਪ ਸਾਰਿਆਂ ਨੂੰ ਪਸੰਦ ਆਊਗਾ ਗਾਣਾ, ਔਰ ਭਾਈ ਨੇ ਗਾਇਆ ਵੀ ਬਹੁਤ ਘੈਂਟ ਆ, ਮਿਊਜ਼ਿਕ ਵੀ ਬਹੁਤ ਘੈਂਟ ਹੋਇਆ, ਲਵੀ ਨੇ ਦਿੱਤਾ, ਹੈ ਨਾ, ਬਹੁਤ ਵਧੀਆ ਸਾਰੀ ਚੀਜ਼ਾਂ ਜਿਹੜੀਆਂ A to Z ਆਪਾਂ ਕੀਤੀਆਂ, ਪਰਫੈਕਟ ਕੀਤੀਆਂ। ਸੋ ਆਪਾਂ ਜਿਹੜੇ ਆਪਾਂ ਹੁਣ ਵੀਡੀਓ ਕਰਨ ਚੱਲੇ ਹਾਂ, ਵੀਡੀਓ ਵੀ ਬਹੁਤ ਘੈਂਟ ਆਪਾਂ ਵੀਡੀਓ ਕਰਨ ਚੱਲੇ ਹਾਂ ਨਾ, ਉੱਥੇ ਦੇ ਜਿਹੜੇ ਡਾਇਰੈਕਟਰ ਹੈ ਕਮਲ ਭਾਈ ਉਹ ਕਰਨ ਵਾਲੇ ਆ, ਤੇ ਵਧੀਆ ਵਧੀਆ ਰੱਬ ਦਾ ਸ਼ੁਕਰ ਹੈ ਕਿ ਸਭ ਵਧੀਆ ਹੋਵੇ, ਇਹ ਸਾਰਾ ਕੁਝ ਸਾਰਾ ਸਾਰਾ ਰੱਬ ਦੇ ਹੱਥ, ਸਭ ਵਧੀਆ ਹੋਊਗਾ। ਆਪਾਂ ਪੇਸ਼ ਪਹਿਲੀ ਗੱਲ ਤਾਂ ਉੱਚ, ਤੁਹਾਨੂੰ ਸਾਰਿਆਂ ਨੂੰ ਗੱਡੀ ਬਹੁਤ ਘੈਂਟ ਲੱਗਣੀ ਉੱਚ, ਹੈ ਨਾ, ਗੱਡੀ ਦਾ ਬਹੁਤ ਹੀ ਅੱਤ ਹੀ ਆ, ਤੇ ਦੂਜੀ ਗੱਲ ਆਪਾਂ ਆਪਾਂ ਦੋਵੇਂ ਅੱਤ, ਆਪਾਂ ਦੋਵੇਂ ਵੀ ਬਹੁਤ ਘੈਂਟ ਉਹਦੇ ਵਿੱਚ ਆਪਾਂ ਜਿਹੜੇ ਕਲੋਥਸ ਪਾਏ ਆ ਪਾਉਣੇ ਆ, ਤੇ ਜਿਹੜੀ ਕੁੜੀ ਆ ਪ੍ਰਿਅੰਕਾ ਉਹ ਵੀ ਸੋਹਣੀ ਕੁੜੀ ਆ ਨਾ, ਉਹਨੇ ਵੀ ਪਹਿਲਾਂ ਬਹੁਤ ਵਧੀਆ ਵਧੀਆ ਕੰਮ ਕੀਤਾ, ਤੇ ਵਧੀਆ ਵਧੀਆ ਹੋਊਗਾ ਵੀਡੀਓ, ਵਧੀਆ ਤੁਹਾਨੂੰ ਸਾਰਿਆਂ ਨੂੰ ਐਂਟਰਟੇਨਮੈਂਟ ਵਧੀਆ ਹੋਊਗਾ ਵੀਡੀਓ ਦਾ। ਐਂਡਿੰਗ ਜੀ, ਆਪਕਾ ਇਸ ਗਾਣ ਐਲਬਮ ਕੇ ਸਾਥ ਗਾਣ ਸਿੰਗਲ ਕੇ ਸਾਥ ਕੀ ਕੁਝ ਕੰਟਰੀਬਿਊਸ਼ਨ ਹੈ ਜਰਾ ਆਪ ਬਤਾਏਗੇ? ਕੰਟਰੀਬਿਊਸ਼ਨ ਮੇਰਾ ਬਸ ਸਪੋਰਟ ਹੀ ਹੈ ਭਾਈਓਂ ਕਾ, ਇਹ ਬੜੇ ਭਾਈ ਤਾਜ ਭਾਜੀ ਮੇਰੇ ਸੰਧੂ ਭਾਜੀ, ਤੋ ਬਸ ਮੈਂ ਐਸੇ ਹੀ ਕੰਟਰੀਬਿਊਟ ਕਰਦਾ ਹਾਂ, ਸਪੋਰਟ ਐਂਡ ਫੁੱਲ ਫੁੱਲ ਲਵ, ਤੇ ਮੇਰੇ ਬਾਅਦ ਮੇਂ ਜੋ ਹੋਗਾ ਸੋ ਦੇਖੇਂਗੇ। ਅੱਜ ਕੱਲ੍ਹ ਮੈਂ ਜਿਹੜੇ ਗਾਣੇ ਤਿਆਰ ਕਰਦੇ ਹੋ, ਯੂਥ ਅਪੀਲ ਦੇ ਅੱਜ ਕੱਲ੍ਹ ਦੇ ਆਡੀਅੰਸ ਚੋਇਸ ਹੈ, ਉਹ ਕਿੰਨਾ ਧਿਆਨ ਧਿਆਨ ਰੱਖਿਆ ਹੈ ਗਾਣਾ ਤਿਆਰ ਕੀਤਾ ਗਿਆ? ਆਪਾਂ ਗਾਣਾ ਆਪਣੇ ਵੱਲੋਂ ਦੇ ਆਪਾਂ ਚਾਹੁੰਦੇ ਹਾਂ ਕਿ ਹਰ ਕਿੱਥੇ ਵੱਜੇ, ਹੈ ਨਾ, ਗਾਣਾ ਆਪਣੇ ਆਪਾਂ ਹੁਣ ਜਿਹੜਾ 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 ਵੀ ਬੰਦਾ ਜਿਹੜੇ ਵੀ ਸਾਡੇ ਆਰਟਿਸਟ ਆ ਪੰਜਾਬੀ, ਗਾਣਾ ਉਹੀ ਕਰਕੇ ਬਣਾਉਂਦੇ ਕਿ ਹਾਂ ਯਾਰ ਜਨਤਾ ਸੁਣੇ, ਹੈ ਨਾ, ਵਧੀਆ। ਤੇ ਆਪਾਂ ਜਿਹੜਾ ਗਾਣਾ ਬਣਾਇਆ ਉਹ ਸਾਰਿਆਂ ਲਈ ਆ, ਯੂਥ ਲਈ ਵੀ ਆ, ਉਹਨਾਂ ਨੂੰ ਬਹੁਤ ਪਸੰਦ ਆਉਣਾ, ਕਿਉਂਕਿ ਅੱਜ ਦਾ ਗਾਣਾ, ਹੈ ਨਾ, ਗਾਣੇ ਦਾ ਨਾਂ ਵੀ ਸਟਰੀਟ ਰੱਖਿਆ, ਤੇ ਸਟਰੀਟ ਮਤਲਬ ਹੈਗਾ ਇੱਕ ਇੰਗਲਿਸ਼ ਵਰਡ ਆ, ਪਰ ਬਹੁਤ ਬਹੁਤ ਵਧੀਆ ਕੋਨਸੈਪਟ ਉਹਦਾ, ਬਹੁਤ ਵਧੀਆ। ਗਾਣਾ ਗਾ ਦਈਏ ਜਾਂ ਫਿਰ ਰੈਪ ਗਾ ਦਈਏ ਆਪਾਂ? ਗਾਣਾ ਗਾਣਾ ਭਾਈ ਗਾ ਦਿੰਦੇ, ਮੈਂ ਜ਼ਿਆਦਾ ਜ਼ਿਆਦਾ ਲਾਈਨਾਂ ਨਹੀਂ ਸੁਣਾ ਸਕਦੇ ਆਪਾਂ, ਕਿਉਂਕਿ ਫਿਰ ਤਾਂ ਤੁਹਾਨੂੰ ਫਿਰ ਫਿਲਮ ਪੂਰੀ ਇੱਥੇ ਹੀ ਖੋਲ ਦਾਂਗੇ, ਫਿਰ ਕੋਈ ਫਾਇਦਾ ਨਹੀਂ ਉਹਦਾ। ਹਾਂ, ਇੱਕ ਇੱਕ ਲਾਈਨ। ਸੋ ਆਪਾਂ ਵੈਸੇ ਭਰਾ, ਤੇ ਅੱਜ ਆਪਾਂ ਕੰਮ ਵੀ ਕਰ ਰਹੇ ਹਾਂ, ਤੇ ਔਰ ਭਾਈ ਦੀ ਫਿਊਜ਼ਨ ਕੰਪਨੀ ਆ, ਬਹੁਤ ਪ੍ਰਮੋਟ ਕਰਦੇ ਹੁਣ ਆਰਟਿਸਟ ਨੂੰ, ਬਹੁਤ ਪ੍ਰਮੋਟ ਕਰ ਰਹੇ ਆ,
ਤੇ ਬਾਕੀ ਭਾਈ ਦੱਸਣਗੇ ਹੁਣ ਕਿੱਦਾਂ ਹੈ। ਜਾਨੀ ਜੀ ਜਰ ਬਤਾਈਏ ਕਿਸ ਤਰ੍ਹਾਂ ਸੇ ਸੰਯੋਗ ਹੋ, ਕਿਸ ਤਰ੍ਹਾਂ ਸੇ ਆਪਨੇ ਗਰੁੱਪ ਬਣਾਇਆ, ਇਨਕੋ ਇਕੱਠਾ ਕੀਆ, ਔਰ ਕਿਸ ਤਰ੍ਹਾਂ ਸੇ ਗਾਣਾ ਆਪ ਲਾ ਰਹੇ ਹੈ ਜਰ ਬਤਾਈਏ। ਐਕਚੁਅਲੀ ਮੇਰਾ ਨਾਮ ਦਾਨਿਸ਼ ਕਾਕਰ ਹੈ, ਮੇਰੀ ਕੰਪਨੀ ਫਿਊਜ਼ਨ ਇਵੈਂਟ ਪਲੈਨਿੰਗ ਵਿਚ ਇਜ਼ ਯੂ ਐਸ ਬੇਸਡ ਐਂਡ ਡੀਜੇ ਸਰਤਾਜ ਵੋ ਯੂ ਐਸ ਏ ਬਿਲੋਂਗ ਕਰਤੇ ਹੈ, ਹੀ ਲਿਵਸ ਦੇਅਰ। ਸੋ ਐਂਡ ਲਾਈਕ 6 ਈਅਰਸ ਬੈਕ ਵੀ ਮੈਟ, ਸੋ ਆਈ ਥੋਟ ਕਿ ਲੈਟਸ ਡੂ ਸਮ ਐਕਸਪੈਰੀਮੈਂਟ ਐਂਡ ਲੈਟਸ ਗੈਟ ਟੂਗੈਦਰ ਇਨ ਵਨ ਰੂਫ ਐਂਡ ਲੈਟਸ ਡੂ ਸਮਥਿੰਗ, ਐਂਡ ਇਟਸ ਹੈਪਨਿੰਗ ਵੈਰੀ ਗੁੱਡ, ਦੇ ਬੋਥ ਆਰ ਸੋ ਟੈਲੈਂਟਿਡ, ਯੂ ਨੋ। ਹੋਪਫੁਲੀ ਆਈ ਪ੍ਰੇ ਦਿਸ ਸੌਂਗ ਵਿਲ ਬੀ ਅ ਸੁਪਰ ਡੁਪਰ ਹਿੱਟ। ਅੱਛਾ, ਯੂ ਆਰ ਬ੍ਰਿੰਗਿੰਗ ਅ ਨਿਊ ਕੰਪੀਟੀਸ਼ਨ ਇਨ ਦ ਪੰਜਾਬੀ ਮਿਊਜ਼ਿਕ ਇੰਡਸਟਰੀ, ਹਾਊ ਮਚ ਯੂ ਆਰ ਚਾਰਜਡ ਅਪ ਐਂਡ ਹਾਊ ਮਚ, ਆਮ ਵੈਰੀ ਐਕਸਾਈਟਿਡ ਅਬਾਊਟ, ਵਾਟ ਆਰ ਦ ਥਿੰਗਸ ਯੂ ਆਰ ਕੈਪਟ ਇਨ ਮਾਈਂਡ ਵਾਈਲ ਯੂ ਆਰ ਬ੍ਰਿੰਗਿੰਗ ਦਿਸ ਦੈਮ ਟੁਗੇਦਰ? I'm very excited about this project because I can feel this is a very good number which is coming out. Dil Sandhu, he's a superb artist, rapper, and he's a very creative, no? Jo creative log hote wo to aage badh hi jaate, nobody can stop them. And Sartaj, DJ Sartaj, he is absolutely a good singer, good musician. So hopefully next month September ending aap log sabhi dekhoge because it will be released through T series. Yeah. ਰੀਟੇਕ ਤਾਂ ਹਰ ਬੰਦਾ ਦਿੰਦਾ, ਪਰ ਮੇਰਾ ਉਦਾਂ ਦਾ ਹੀ ਹੈ ਕਿ ਮੈਨੂੰ ਅਗਰ ਮੈਂ ਰੀਟੇਕ ਵੀ ਦਿੰਦਾ ਤੇ ਮੇਰੇ ਸ਼ਾਰਟ ਮਿਲ ਜਾਂਦੇ ਉਸ ਵਿੱਚ, ਮੈਂ ਬਹੁਤ ਜ਼ਿਆਦਾ ਚਾਰਜਅਪ ਹਾਂ, ਔਰ ਮੈਂ ਬਸ ਵੇਟ ਨਹੀਂ ਕਰ ਰਿਹਾ, ਮੈਂ ਫਟਾਫਟ ਹੁਣ 5 ਤਰੀਕ ਜਾਵਾਂ ਉੱਥੇ, 6 ਤਰੀਕ ਦਾ ਸਾਡਾ ਸ਼ੂਟ ਆ, ਤੇ ਆ ਭਰਾ ਆਪਣਾ ਇਹਨੂੰ ਪੰਜਾਬੀ ਖਾਣੇ ਖਵਾਉਣੇ ਉੱਥੇ ਆਪੇ, ਹੈ ਨਾ। ਔਰ ਭਾਜੀ ਆਏ USA ਤੋਂ 3 ਦਿਨ, ਇਹਨਾਂ ਨੂੰ ਪੂਰਾ ਪੰਜਾਬੀ ਫੂਡ ਜਿਹੜਾ ਉੱਥੇ ਦਾ ਸਾਰਾ, ਪਰੌਂਠੇ ਪਰੂਠੇ ਰੋਜ਼ ਸਵੇਰੇ, ਹੈ ਨਾ। ਪਰ ਸ਼ੂਟ ਤੋਂ ਬਾਅਦ, ਸ਼ੂਟ ਤੋਂ ਪਹਿਲਾਂ ਬਹੁਤ ਮੋਟਾ ਲੱਗਣਾ ਪਿਆ। ਪੰਜਾਬ ਤਾਂ ਦੇਰ ਇਜ਼ ਨੋ ਲਿਮਿਟ, ਯੂ ਨੋ, ਲਿਮਿਟ ਬਿਫੋਰ ਦ ਵੀਡੀਓ, ਯੂ ਨੋ, ਸਟ੍ਰਿਕਟਨੈਸ, ਬਟ ਆਫਟਰ ਦ ਵੀਡੀਓ ਨੋ ਪ੍ਰੋਬਲਮ, ਕਿਉਂਕਿ ਜਿਹੜੀ ਲੁੱਕ ਹੈ ਜਿਹੜੀ ਅਸੀਂ ਚਾਹੁੰਦੇ ਹਾਂ, ਵੀ ਨੀਡ ਦੈਟ, ਸੋ ਦੇਰ ਇਜ਼ ਨੋ ਕੰਪਰੋਮਾਈਜ਼ ਫੋਰ ਦੈਟ।